ਅਗਰ ਨਾਜ਼ਰੀਨ ਕੀ ਹਾਲ ਹੈ, ਮੈਂ ਤੁਹਾਡਾ ਆਪਣਾ ਹੈਦਰ ਅਲੀ। ਤੁਸੀਂ ਮੈਨੂੰ ਅਕਸਰ ਡਰਾਮੇ 'ਚ ਵੀ ਦੇਖਿਆ ਅਤੇ ਅੱਜ ਮੇਰੇ ਪਿਆਰੇ ਦੋਸਤ ਅਸਲ ਪ੍ਰਿੰਸ ਸਾਹਿਬ, ਤੇਰਾ ਕੀ ਨਾਮ ਹੈ ਪੁੱਤਰ? ਅਹਿਮਦ ਅਨੀਸ। ਤੇਰਾ ਕੀ ਨਾਮ? ਨਾਸਰ ਅਲੀ। ਨਾਸਰ ਅਲੀ। ਅਤੇ ਮਾਸ਼ਾਅੱਲਾ ਮੇਰੇ ਪਿਆਰੇ ਦੋਸਤ ਅਨੀਕ ਭਾਈ ਤੁਹਾਡਾ, ਅੱਜ ਮੇਰੇ ਜੱਜਾ ਸਾਹਿਬ ਵੀ ਬੈਠੇ ਨੇ, ਜਿਨ੍ਹਾਂ ਦਾ ਸਭ ਤੋਂ ਪਹਿਲਾਂ ਚੈਨਲ 'ਤੇ ਮੈਂ ਕੰਮ ਕੀਤਾ ਹੈ, ਮੋਚੀ ਵਾਲੀ ਵੀਡੀਓ ਮੇਰੀ ਬੇਸ, ਸਭ ਤੋਂ ਪਹਿਲਾਂ ਕੰਮ ਕੀਤਾ, ਹੁਣ ਕਿਤੇ ਕੰਮ ਕਰਨ ਜੋਗਾ ਨਹੀਂ ਰਹਿ ਗਿਆ। ਚੋਰੀ ਕੀਤੀ ਮੱਛਰਾਂ ਤੇ ਜੇਜੇ ਸਾਹਿਬ ਸਾਡੇ ਭਰਾ, ਮਾਸ਼ਾਅੱਲਾ ਆਪਣਾ ਸਲੋਨ ਵੀ ਬਣਾ ਰਹੇ ਨੇ। ਅਜਮਲ ਸਾਹਿਬ ਕੀ ਨਾਂ ਰੱਖਿਆ? ਅਜਮਲ ਸਾਹਿਬ ਇੱਥੇ ਅਜਮਲ ਸਾਹਿਬ ਮੈਚ ਦੱਸਣ ਗਿਆ, ਕੀ ਨਾਂ ਰੱਖਿਆ? ਅਜਮਲ ਸਾਹਿਬ ਕੀ ਨਾਂ ਰੱਖਿਆ ਆਪਣੇ ਹਮਾਮ ਦਾ? ਸਲੋਨ ਦਾ ਨਾਮ ਹੈ ਜੀ ਜੇਜੇ ਕੱਟ। ਜੇਜੇ ਕੱਟ? ਜੇਜੇ ਨਾਮ ਜੇਜੇ ਆ, ਏਡਾ ਦਾ ਗਾਹ ਕਾਫੀ ਤੇ ਕੱਟ। ਹਾਂਜੀ, ਜੇਜੇ ਜੇਜੇ ਦਾ ਮਤਲਬ ਹੁੰਦਾ ਕਦੀ ਕਿਤੇ। 12 ਵਜੇ ਤੱਕ ਦੁਕਾਨ ਹੁੰਦੀ ਆ, ਸ਼ਾਮ ਨੂੰ ਚੱਕੀ ਹੁੰਦੀ ਆ, ਪਤਾ ਨੀ ਲੱਗਦਾ। ਠੀਕ ਹੈ, ਸਾਡੇ ਮਾਸ਼ਾਅੱਲਾ ਬੜੇ ਪਿਆਰੇ ਦੋਸਤ ਅਨੀਕ ਭਾਈ ਵੀ ਬੈਠੇ, ਨਾਸਰ ਭਾਈ ਵੀ ਬੈਠੇ, ਅਸਦ ਭਾਈ ਵੀ। ਅਸਦ ਭਾਈ ਤੋਂ ਅਸੀਂ ਆਗਾਜ਼ ਕਰਦੇ ਹਾਂ ਗੱਲ ਦਾ। ਇਹ ਮਾਸ਼ਾਅੱਲਾ ਬਹੁਤ ਹੀ ਫਜ਼ੂਲ ਮਹਿਫਲ ਦੇ ਨਾਤਕਾਂ ਲੱਗਣ ਡਏ ਆ, ਕਰਾਉਂਦੇ ਗੱਲ ਆ। ਅਸਦ ਸਾਹਿਬ ਦੱਸੋ ਆਵਾਮ ਮੈਂ ਕਿ ਨਾਤਕਾਂ ਬਾਰੇ ਦੱਸਣਾ? ਨਹੀਂ ਨਹੀਂ, ਤੁਸੀਂ ਟੋਪੀ ਕਿਉਂ ਲਈ ਆ? ਤੁਸੀਂ ਪਠਾਣ ਆ ਕਿ ਗੱਡੀਆਂ ਨਾਲ ਜਾ ਜਾਓਗੇ ਭਾਈ? ਵੈਸੇ ਹੀ ਇਹ ਟੋਪੀ ਦੇ ਫੈਸ਼ਨ ਆ, ਅੱਜ ਤੁਹਾਨੂੰ ਪਤਾ ਫੈਸ਼ਨ ਚੱਲ ਰਿਹਾ ਅੱਜ ਕੱਲ। ਹਾਂਜੀ ਹਾਂਜੀ, ਤੇ ਮੈਨੂੰ ਕੋਈ ਜੁਗਤ ਲਾਓ ਤਾਂ ਅੱਛੀ ਜੀ। ਉਹ ਜੁਗਤ ਤੁਸੀਂ ਕੋਈ ਗਲਤ ਕਰੋ ਨਾ, ਆਵਾਮ ਨੂੰ ਦੱਸੋ ਤੁਸੀਂ ਕੀ ਕਰਦੇ ਹੋ। ਆਵਾਮ ਨੂੰ ਮੈਂ ਡਾਇਰੈਕਟ ਗੱਲ ਹੀ ਸੀ ਜੁਗਤ ਸੁਣਾਉਣੀ, ਆਵਾਮ ਨੂੰ ਦੱਸਣਾ ਕਿ ਦੱਸੋ ਵੇਖੋ ਕਾਲੀਆਂ ਭੇਡਾਂ ਵੀ ਗੱਲਾਂ ਕਰਦੀਆਂ ਵਾ। ਸਾਡੇ ਮਾਸ਼ਾਅੱਲਾ ਜੀ ਬਹੁਤ ਮਾਸ਼ਾਅੱਲਾ, ਕੀ ਚੰਦਾ ਮੰਗਣੇ ਆ ਕੀ ਮਾਸ਼ਾਅੱਲਾ ਲੱਗਣ ਤਾਂ ਤੁਸੀਂ ਡੇ ਜੀ ਪੋਕੀ ਤੇ ਕਰੋ, ਮੈਨੂੰ ਗੱਲ ਕਰੋ, ਕੋਈ ਐਸੀ ਗੱਲ ਕਰੋ। ਸਾਡੇ ਨਾਸਰ ਭਾਈ ਬੈਠੇ ਨੇ, ਪਹਿਲਾਂ ਉਹ ਤੇ ਬੈਠੇ, ਤੂੰ ਕੀ ਬੈਠਾ? ਆਵਾਜ਼ ਕਰਾ ਲੈਣੇ ਨੇ ਇਹਨਾਂ ਕੋਲੋਂ। ਨਾਸਰ ਭਾਈ, ਇਹਨਾਂ ਦੇ ਬਾਰੇ ਤੁਹਾਡਾ ਕੀ ਰਾਏ ਆ? ਕੁਛ ਨਹੀਂ, ਤੁਸੀਂ ਹੱਥ ਬੰਨੇ ਲੱਪਿਆ ਤੀ ਸੁਣਾਉਣ ਲੱਗੇ ਮੈਸੇਜ ਚ ਬੈਕ। ਲਓ ਜੀ, ਇਹਦੇ ਤੁਹਾਡਾ ਪੂਰਾ ਦਿਵਾਲੇ ਆ ਸਕਦਾ ਨਾ, ਇੱਕੋ ਬੰਦਾ ਵਾ ਜੇਜੇ। ਆ ਜੇਜੇ ਨੂੰ ਤਾਰ ਬੰਦੂਕ ਤਾਂ ਲਾਊਗਾ, ਤੱਤਿਆਂ ਕਰੂਗਾ ਤੇ ਫੇਰ ਆਡੀਅੰਸ ਦਾ ਐਕਟਿਵ ਹੋਊਗੀ ਤੇ ਇਹ ਫੇਰ ਐਕਟਿਵ ਹੋਣਾ ਵਾ। ਲਓ ਜੇਜੇ ਭਾਈ, ਜਰਾ ਥੋੜਾ ਜਿਹਾ ਕੰਨ ਤੱਤੇ ਕਰਦੇ ਮਾਰੇ ਆ। ਤੇ ਤੁਸੀਂ ਭੱਜ ਕੇ ਲਾ ਕੇ ਪਿਛੋਰੋ ਦੇ ਚਾਵਾਂ ਲੈ ਕੇ ਆਓ ਜਰਾ। ਜਾਣਾ ਤੁਸੀਂ ਬੱਸ 'ਚ ਆਉਣਾ ਅਖਬਾਰ 'ਚ? ਹਾਂਜੀ ਨਿਸ਼ਨੀ ਸਾਹਿਬ, ਜੇਜੇ ਭਾਈ ਇਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਆ? ਇਹਨਾਂ ਦੇ ਬਾਰੇ ਤੁਸੀਂ, ਇਹਨਾਂ ਵਾਸਤੇ ਸੁਲਤਾਨ ਨਹੀਂ ਆ, ਹਿੰਦੂਆਂ ਦੇ ਨਾਂ ਖਾ ਲੱਗਣਾ ਹੈ। ਮਾਸ਼ਾਅੱਲਾ, ਫਿਰ ਤੁਹਾਨੂੰ ਗੱਟਰ ਨੂੰ ਤਾਲਾ ਲਾਇਆ ਹੁੰਦਾ। ਹਾਂ, ਬਹੁਤ ਅੱਛੀ ਜੁਗਤ ਕੀਤੀ ਤੁਸੀਂ ਜੀ। ਹਾਂ, ਤੁਸੀਂ ਜਵਾਬ ਦਵੋ ਇਹਦਾ। ਆਪਣੇ ਮੈਨੂੰ ਘਰ ਚੋਰ ਆ ਗਏ ਤੇ ਉਹਨਾਂ ਦੇ ਰਿਸ਼ਤੇਦਾਰ ਹੀ ਨਿਕਲੇ। ਜੁਗਤ ਕਰਦੇ ਹੋ ਬੇਟੇ? ਹੈ ਭਾਈ, ਉਹਨਾਂ ਨੇ ਸਦਕਾ ਦਿੱਤਾ, 7ਵੀਂ ਵਾਰੀ ਘੁਮਾ ਕੇ ਆਪਣੇ ਘਰ ਹੀ ਸਿੱਟ ਲਿਆ। ਚੌਥੇ ਬੰਦੇ ਨੂੰ ਆਮਦ ਹੋਈ ਹੈ ਤੇ ਉਹਨੇ ਕਿਹਾ ਲਓ ਜੀ ਦੋ ਤੁਸੀਂ ਕੱਲੇ ਤੇ ਚਾਰ ਅਸੀਂ ਲੈਦਾ ਹੋ ਗਏ ਜੇ। ਆਮਦ ਕੋਈ ਅੱਗ ਤਾਂ ਨਹੀਂ ਪਿੱਛੇ ਹੋਈ ਤੇ ਅੱਗੇ ਆ ਗਿਆ ਵਾ, ਕੀ ਕਹਿਣਾ ਚਾਹੁੰਦਾ? ਭਾਈ ਜੁਗਤ ਮਾਰੀ ਸਦਕੇ ਤੋਂ ਮੈਂ ਕਨਵਰਸੇਸ਼ਨ ਦੁਬਾਰਾ ਕਰੋ ਕਰੋ। ਇੰਨਾ ਮਾੜਾ, ਇੰਨਾ ਮਾੜਾ, ਪੁਲਿਸ ਵਾਲੇ ਨੇ ਕਿਹਾ ਤੂੰ ਸਦਕਾ ਖਾਇਆ ਕਰ। ਅੱਛਾ ਜੀ, ਮੇਰੇ ਘਰ ਚੋਰ ਆਏ, ਲੈ ਕੇ ਕੁਛ ਨੀ ਗਿਆ, ਜਾਣ ਲੱਗ ਗਿਆ ਕਰੀਮਾ ਲੈ ਕੇ ਦੇ ਗਏ। ਇੰਨਾ ਮਾੜਾ, ਇੰਨਾ ਮਾੜਾ, ਇਹਨੂੰ ਚੜੇਲਾ ਚੁਬੜੀਆਂ ਤੇ ਇੰਨੀਆਂ ਇੰਨੀਆਂ ਬਾਹਰ। ਲਓ ਜੀ, ਜੁਗਤਾਂ ਤੇ ਮਾਰਨੀਆਂ, ਮੇਰੀ ਗੱਲ ਸੁਣੋ, ਜੁਗਤਾਂ ਤੁਸੀਂ ਮਾਰਨੀਆਂ, ਅੰਮ ਤੁਹਾਨੂੰ ਹੁੰਦੀ ਰਹਿਣੀ ਹੈ, ਕਿਉਂ ਨਾ ਕਿਸੇ ਪੁਆਇੰਟ ਤੇ ਜੁਗਤ ਮਾਰ ਦੇ ਕਿਤੇ। ਹਾਂਜੀ, ਚਲੋ ਕੋਈ ਪੁਆਇੰਟ ਰੱਖ ਲਓ, ਪੁਆਇੰਟ ਰੱਖ ਲੈਨੇ, ਆਓ ਫੁੱਲਣ ਚੌਂਕ ਤੱਕ ਜੁਗਤਾਂ ਮਾਰ ਦੇ। ਸੁਪਰਮੈਨ, ਚਲੋ ਫਿਰ ਇੱਥੇ ਮਾਰਨੀ ਜੁਗਤ, ਪੁਆਇੰਟ ਤੇ ਰਹੋ ਕਿਤੇ, ਕਿੱਥੇ ਜੁਗਤ ਮਾਰੇਗਾ, ਸ਼ੌਕ ਨਾ ਕਿੱਥੇ, ਜਿਹੜੀ ਮਰਜ਼ੀ ਸਿਗਰੇਟ ਪਿਛੇ, ਤੰਦੂਰ ਤੇ, ਤੰਦੂਰ ਤੇ ਜੀ। ਸੁਪਰਮੈਨ ਸੁਪਰਮੈਨ ਤੇ ਉਹ ਤੇ ਵੱਜ ਗਈਆਂ ਵਾ। ਸਜਾਦ ਜਾਨੀ ਸਾਹਿਬ ਵੱਡੇ ਬੰਦੇ ਨਾਲ ਕੰਮ ਕਰਤਾ ਵਾ। ਮਾਸ਼ਾਅੱਲਾ, ਬਹੁਤ ਅੱਛੇ ਇਨਸਾਨ ਨੇ ਜੀ ਸਜਾਦ ਜਾਨੀ ਸਾਹਿਬ, ਸਾਡੇ ਲਈ ਸਲਾਮ ਆ ਜੀ। ਹਾਂਜੀ, 7-1।
ਟੱਟੀਆਂ ਲੱਗੀਆਂ ਸੁਪਰਮੈਨ ਤੇ ਟੈਰ ਵਾਲੇ ਬੂਟ ਪਏ ਹੈ ਭਾਈ ਜੀ ਸੁਪਰਮੈਨ ਤੇ ਉੱਡਣ ਵਾਲਾ ਕੱਪੜਾ ਨਹੀਂ ਤੇ ਪਿੱਛੇ ਟਾਲਾ ਬੰਨੇ ਸੁਪਰਮੈਨ ਸੀਗਾ ਤੇ ਪਿੱਛੋਂ ਕਸ਼ੇ ਵਾਲੇ ਆ ਗਏ ਤੇ ਚੁੱਪ ਸੱਚੀ ਕਰਦੀ ਕਿਤੇ ਆਹੀ ਭਾਈ ਸੁਪਰਮੈਨ ਸੀ ਇੰਨਾ ਤੋੜਦਾ ਸੀ ਪੈਰਾਂ ਚੋਂ ਛਾਲ ਨਿਕਲੇ ਐ ਭਾਈ ਵੀ ਸੁਪਰਮੈਨ ਸੀਗਾ ਤੇ ਇੱਕ ਬਾਹਨ ਤੇ ਇੱਕ ਸਾਈਡ ਨੂੰ ਉੱਡੀ ਜਾ ਰਿਹਾ ਅੱਛੀ ਸੀ ਅੱਛੀ ਸੀ ਹੈਦਰ ਭਾਈ ਸੁਪਰਮੈਨ ਤੇ ਕੀ ਸੀ ਕੱਖ ਨਹੀਂ ਸੀ ਕੱਖ ਨਹੀਂ ਸੀ ਸੁਪਰਮੈਨ ਤੇ ਕੱਖ ਨਹੀਂ ਸੀ ਅਸੀਂ ਸੁਪਰਮੈਨ ਹੀ ਆ ਚਲੋ ਸੁਪਰਮੈਨ ਤੇ ਕੀ ਸੀ ਅੱਛਾ ਕੀ ਕਰੋ ਕੌਣ ਕਰਨ ਲੱਗਾ ਜੀ ਤੂੰ ਹੀ ਕਰਨ ਲੱਗਾ ਹਾਂ ਭਾਈ ਸੁਪਰਮੈਨ ਸੀਗਾ ਤੇ 1.5 ਲੱਖ ਦਾ ਕਰਜ਼ਾ ਹੀ ਸੀਗਾ ਸੁਪਰਮੈਨ ਸੀਗਾ ਤੇ ਨਾ ਜਾਨ ਨੀ ਸੀ ਨਿਕਲਦਾ ਇੱਥੇ ਧੱਗ ਬੱਲੇ ਹੋਏ ਸੁਪਰਮੈਨ ਸੀ ਤੇ ਉੱਡੇ ਨੀ ਜਾਏ ਉੱਡੇ ਦਾ ਪੰਪ ਲੈ ਲਿਆ ਸੁਪਰਮੈਨ ਸੀਗਾ ਤੇ ਉੱਡ ਨਹੀਂ ਹੁੰਦੇ ਤੇ ਰੱਬ ਕੋ ਦੁਆ ਕਰਨ ਦਿਆ ਯਾਰ ਲਾ ਕਿਤੇ ਦੰਬ ਕੋ ਘਰੇ ਦੇ ਲੋੜੀ ਕੋਲਾ ਸੁਪਰਮੈਨ ਜੀ ਤੇ ਬਹੁਤ ਵਾਰ ਉੱਤੇ ਚਲ ਗਿਆ ਉੱਤੋਂ ਫਰਿਸ਼ਤੇ ਨੇ ਖਿੱਚ ਲਿਆ ਆਪਣਾ ਸੁਪਰਮੈਨ ਦਾ ਰੰਗ ਉੱਡਿਆ ਸੁਪਰਮੈਨ ਤੇ ਉੱਡਦਾ ਦੇਖ ਜਿਹੜੇ ਪਿਆ ਜਾ ਕੇ ਸੁਪਰਮੈਨ ਜੀ ਦੇ ਨਾਲ ਕਿਸੇ ਦਾ ਕੰਮ ਰੰਗ ਵੀ ਕਰਨ ਦਿਆ ਸੀ ਨਾਲ ਸੁਪਰਮੈਨ ਸੀ ਤੇ ਬਿਜਲੀ ਦੀ ਤਾਰਾਂ 'ਚ ਫਸ ਗਏ ਸੁਪਰਮੈਨ ਸੀ ਸੁਪਰਮੈਨ ਗੁੱਡੀਆਂ ਲੁੱਟਣ ਦਿਆ ਸੁਪਰਮੈਨ ਸੀ ਤੇ ਲਿਬਾਸ ਵੇਚ ਕੇ ਸਾਕਰ ਲੈ ਗਿਆ ਸੁਪਰਮੈਨ ਹੁਣ ਕੱਪੜੇ ਨੀ ਤੇ ਗੱਟਰਾਂ ਚ ਉੱਡਦਾ ਐ ਭਾਈ ਸੁਪਰਮੈਨ ਤੇ ਮਗਲਮ ਚ ਬਾਹਰ ਉੱਡਦੇ ਸੁਪਰਮੈਨ ਤੋਂ ਬਾਅਦ ਯਕਦਮ ਫੋਨ ਕੀ ਆਪਣੇ ਸ਼ੋਭੇ ਵਾਲਾ ਬੰਦਾ ਚੱਕ ਲਿਆ ਉਹਨੇ ਨਾਈ ਵੀ ਸੀ ਤੇ ਇੱਕ ਸਾਈ ਵੀ ਸੀ ਮੈਕ ਚ ਸੀ ਜੋ ਵੀ ਸੀ ਮੈਕ ਚ ਹਾਂ ਮੈਕ ਚ ਹਾਂ ਉਹ ਜ਼ਰੂਰੀ ਨਾ ਫਿਰ ਆ ਭਾਈ ਨਾਈ ਵੀ ਸੀ ਤੇ ਇੱਕ ਸਾਈ ਵੀ ਸੀ ਤੇ ਈਦ ਵਾਲੇ ਦਿਨ ਬੈਡ ਲਈ ਉੱਥੇ ਨਰਮ ਕਰਕੇ ਫੇਰ ਗਏ ਅੱਛੀ ਗੱਲ ਸੀ ਐ ਭਾਈ ਨਾਈ ਵੀ ਸੀ ਤੇ ਸਾਈ ਵੀ ਸੀ ਨਰਮ ਤੱਕ ਹੈ ਇਹਦਾ ਦੇ ਪਿੰਡਾਂ ਦੇ ਨਾਲ ਹੁੰਦੇ ਜੋਰ ਪਾ ਕੇ ਦੂਰ ਖੋਤੇ ਦੇ ਪਾਣੀ ਕਿਦਾਂ ਦੀ ਪੱਤੀ ਜਾਵੇ ਏਦਾਂ ਦੇ ਨਾਈ ਨੂੰ ਕੋਈ ਪਕਵਾਈ ਦਾ ਕੰਮ ਨਹੀਂ ਤਾਂ ਪੱਕਦੀ ਦੇਖ ਕੇ ਲੇਟਾ ਕੱਟ ਕੇ ਲੈ ਜਾਂਦੇ ਮੇਰੀਆਂ ਹੱਥ ਫੜਾਵਰ ਏਦਾਂ ਦੇ ਨਾਲ ਮਿੱਠੀ ਦੇਖ ਜਨੂਰ ਪਾ ਕੇ ਘੰਟਾ ਕਹਿਣ ਲੱਗ ਜਾ ਮੇਰਾ ਸਮਾਨ ਚੁੱਕ ਲਓ ਯਾਰ।